ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਪਹੁੰਚੇ ਹਾਂ ਪਿੰਡ ਬੁਰਜ ਨੱਥੂਕੇ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਵੀਰ ਹੈਪੀ ਦੇ ਕੋਲ ਆਏ ਹਾਂ। ਦੋਸਤੋ, ਪਹਿਲਾਂ ਜਿੱਦਾਂ ਕਿ ਸਾਰੇ ਵੀਰ ਦੇਖਦੇ ਰਹੇ ਨੇ, ਕਾਫੀ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ, ਪਸ਼ੂ ਤੁਹਾਨੂੰ ਦਿਖਾਉਂਦੇ ਰਹੇ ਹਾਂ ਆਪਾਂ ਇਸ ਘਰੋਂ। ਜ਼ਿਆਦਾਤਰ ਵਹਿੜਾਂ ਆਉਂਦੀਆਂ ਦੋਸਤੋ, ਮੱਝਾਂ ਵੀ ਆਉਂਦੀਆਂ ਨੇ। ਪਿਛਲੀਆਂ ਕਈ ਵੀਡੀਓ ਦੇ ਵਿੱਚ ਪਸ਼ੂ ਕਾਫੀ ਸਾਰੇ ਵੀਰ ਨੇ ਲਿਆ ਕੇ ਸਾਹਮਣੇ ਪੇਸ਼ ਕੀਤੇ ਸੀਗੇ, ਅਤੇ ਡੇਲੀ ਰੂਟੀਨ ਦੇ ਵਿੱਚ ਪਸ਼ੂ ਇਸ ਘਰ ਆਉਂਦੇ ਆ ਨਵੇਂ ਪੁਰਾਣੇ। ਬਾਕੀ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਪਸ਼ੂ। ਅੱਜ ਟੋਟਲ ਜਿਹੜੇ ਆਪਾਂ ਤੁਹਾਨੂੰ ਚਾਰ ਵਹਿੜਾਂ ਦਿਖਾਉਣੀਆਂ ਦੋਸਤੋ, ਜਿਨ੍ਹਾਂ ਦੇ ਵਿੱਚੋਂ ਤਿੰਨ ਵਹਿੜਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ, ਇੱਕ ਤੋਕੜ ਗੱਬਣ ਜਰਸੀ ਵੱਛੀ ਦਿਖਾਵਾਂਗੇ। ਗੱਬਣ ਚੈੱਕ ਪਾਸ ਆ, ਬਾਕੀ ਕੋਈ ਵੀਰ ਆਪਦੀ ਤਸੱਲੀ ਆ, ਰੱਬ ਸੌਦਾ ਬਿਆਨਾ ਕਰਨ ਤੋਂ ਪਹਿਲਾਂ ਆਪਦੀ ਤਸੱਲੀ ਕਰ ਲਈ, ਯਕੀਨਨ ਬਣਾ ਲਈ, ਉਸ ਤੋਂ ਬਾਅਦ ਤੁਸੀਂ ਓਨਰ ਦੇ ਨਾਲ ਜਿਹੜੀ ਦੋਸਤੋ ਗੱਲਬਾਤ ਕਰ ਲਿਓ ਕਿ ਸੌਦੇ ਦੀ। ਅਤੇ ਤਿੰਨ ਵਹਿੜਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ, ਇੱਕ ਨੀਲੀ ਰਾਵੀ ਦੇ ਵਿੱਚ ਮੱਝ ਆ ਦੋਸਤੋ, ਇਹ ਦਿਖਾਵਾਂਗੇ ਤੁਹਾਨੂੰ ਬਿਲਕੁਲ ਤਾਜ਼ੀ ਸੂਈ ਸਵਾਈ, ਮਗਰ ਕੱਟੀ ਬਹੁਤ ਸੋਹਣੀ ਹੈ, ਕਾਫੀ ਵੀਰ ਪਸੰਦ ਕਰਦੇ ਆ ਬੱਚਾ ਕੱਟੀ ਫੀਮੇਲ ਜਦੋਂ ਨਿਕਲਦੀ ਹੈ ਕਿਸੇ ਮੱਝ ਦੇ ਮਗਰ। ਅਤੇ ਇਹ ਅੱਜ ਚਾਰ ਪੰਜ ਪਸ਼ੂ ਆ ਜਿਹੜੇ ਵੀਰ ਦੇ ਕੋਲ ਵਿਕਾਊ ਆ। ਤਰੀਕ ਅੱਜ ਤੁਸੀਂ ਨੋਟ ਕਰ ਲਓ ਦੋਸਤੋ, 7 ਫਰਵਰੀ ਆ। ਬਾਕੀ ਸਮਾਂ ਕੋਈ ਮੋਰਨਿੰਗ ਦੇ 11:30 ਵਜੇ ਦਾ। ਜਿਹੜਾ ਐਨੀਮਲ ਵੀ ਪਸੰਦ ਆਊਗਾ, ਨਰਕ ਪਰਖ ਤਸੱਲੀ ਆ, ਆਪਣੀ ਘਰ ਆਣ ਕੇ ਜ਼ਰੂਰ ਕਰ ਲਿਓ, ਯਕੀਨਨ ਬਣਾ ਲਿਓ ਵੀ ਜਿਹੜਾ ਪਸ਼ੂ ਤੁਸੀਂ ਖਰੀਦਣ ਜਾ ਰਹੇ ਆ ਉਹ ਪਰਫੈਕਟ ਹੈਗਾ ਜਾਂ ਨਹੀਂ ਹੈਗਾ। ਸੋ ਸਾਈ ਬਿਆਨਾ ਕਰਕੇ ਪਹਿਲਾਂ ਤਸੱਲੀ, ਉਸ ਤੋਂ ਬਾਅਦ ਆਪਣੀ ਪੂਰੀ ਪੇਮੈਂਟ ਕਰਕੇ ਤੁਸੀਂ ਜਿਹੜਾ ਦੋਸਤੋ ਪਸ਼ੂ ਇਸ ਘਰੋਂ ਲੈ ਕੇ ਜਾ ਸਕਦੇ ਜੇ, ਠੀਕ ਆ ਜੀ। ਅਤੇ ਪੱਟੀ ਸ਼ਹਿਰ ਤੋਂ ਵੀ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਹੈਗੀ ਆ ਬੁਰਜ ਨੱਥੂਕੇ। ਸਰਾਲੀ ਮੰਡ ਪਿੰਡ ਥੋੜ੍ਹੀ ਦੂਰੀ 'ਤੇ ਆ, ਇੱਕ ਪਾਸੇ ਕੈਰੋਂ ਵੀ ਥੋੜ੍ਹੀ ਦੂਰੀ 'ਤੇ, ਕੰਡਿਆਲ ਪਿੰਡ ਵੀ ਥੋੜ੍ਹੀ ਦੂਰੀ 'ਤੇ ਆ। ਆਓ ਲੈਂਦੇ ਹਾਂ ਜਾਣਕਾਰੀ ਵੀਰ ਹੈਪੀ ਤੋਂ। ਸਭ ਤੋਂ ਪਹਿਲਾਂ ਬਾਈ ਹੈਪੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਠੀਕ ਠਾਕ ਭਰਾ? ਹਾਂਜੀ, ਐਂ ਬਹੁਤ ਵਧੀਆ ਕਿਰਪਾ ਜੀ। ਹਾਂਜੀ, ਹੁਣ ਇੱਦਾਂ ਹੀ ਮਾਲ ਟ੍ਰੇਨ 'ਚ ਮਿਲੂਗਾ। ਅੱਛਾ ਹੈਪੀ, ਦੋ ਗੱਲਾਂ ਨੇ। ਹਾਂਜੀ, ਇੱਕ ਤਾਂ ਜਿਹੜਾ ਕੋਈ ਵੀਰ ਇੱਥੇ ਤਸੱਲੀ ਕਰਨ ਆ ਰਿਹਾ, ਹਾਂਜੀ, ਇੱਕ ਆਪਣੀ ਵੀਡੀਓ ਵੇਖ ਕੇ ਬੜੀ ਦੂਰੋਂ ਤੁਰਾਡਿਓਂ ਕੋਈ ਭੈਣ ਭਰਾ ਦਾ ਯਕੀਨ ਹੁੰਦਾ ਵੀ ਇੱਥੇ ਆਣ ਕੇ ਤਸੱਲੀ ਕਰਕੇ ਦੱਸਣੀ, ਉਹ ਚੀਜ਼ ਹੈ ਵੀ ਜਿਹੜੀ ਆਪਾਂ ਕਿਸੇ ਨੂੰ ਇੱਥੇ ਚਵਾ ਦੇਣੀ ਹੈ। ਮੈਂ ਕਹਿੰਦਾ ਸੰਧੂ ਸਾਹਿਬ, ਆਪਾਂ ਉਹਨਾਂ ਦੱਸਾਂਗੇ ਜਿੰਨਾ ਹੈਗਾ ਵਾ, ਤੇ ਜਿਹੜਾ ਇੱਥੇ ਕੋਈ ਆ ਗਿਆ ਅਗਲਾ ਚੋਏ ਤੇ ਮੈਂ ਦੱਸੀ 15 ਜਾਵਾਂ, ਨਿਕਲੇ 8 ਸਵਾਦ ਨਹੀਂ ਆਉਂਦਾ। ਜਿਹੜਾ ਕੋਈ ਵੀਰ ਆਨਲਾਈਨ ਸੌਦਾ ਕਰਦਾ ਤੁਹਾਡੇ ਨਾਲ, ਉਹਨੂੰ ਉਨੀ ਚੀਜ਼ ਦੱਸੀ ਜਾਵੇ ਜਿੰਨੀ ਉੱਥੇ ਜਾ ਕੇ ਤਸੱਲੀ। ਜਿਹਦੇ ਕੋਲ 10 ਕਿਲੋ ਹੋਊਗਾ ਆਪਾਂ 9 ਕਿਲੋ ਕਹਿ ਕੇ ਭੇਜਾਂਗੇ, ਠੀਕ ਹੈ ਜੀ? ਹਾਂਜੀ ਬਿਲਕੁਲ। ਹਾਂਜੀ ਲਓ ਦੋਸਤੋ, ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੋਂ ਇਸ ਮੱਝ ਤੋਂ ਨੀਲੀ। ਅਗਲਾ ਨਹੀਂ ਵੀ ਬੰਦਾ ਆਉਂਦਾ, ਮੋਬਾਈਲ ਤਾਂ ਅੱਜ ਕੱਲ੍ਹ ਸਾਰਿਆਂ ਦੇ ਹੈਗੇ ਨਾ, ਵੀਡੀਓ ਕਾਲ ਤੇ ਚਵਾਲੇ, ਦੋ ਟਾਈਮ ਚਵਾਵੇ, ਤਿੰਨ ਟਾਈਮ ਚਵਾਵੇ, ਦੁੱਧ ਆਪਦਾ ਮਿਲੇ। ਬਿਲਕੁਲ, ਆਪਣੇ ਘਰੇ ਵਾਧੀਆਂ ਦੇਖਣੀਆਂ, ਘਰ ਦੀਆਂ ਨਾ ਦੇਖਣੀਆਂ, ਜੋ ਸੇਵਾ ਕਰਾਂਗੇ ਦੇਣਾ, ਪਰੀਆਂ ਨੇ ਦੇਣਾ, ਤੇ ਜੇ ਕਰਾਂਗੇ ਨਾ ਫਿਰ ਭੁੱਖੀਆਂ ਮਾਂ ਛੱਡਾਂਗੇ, ਮਗਰ ਫੋਨ ਲਾਈਏ ਫਿਰ ਥੋੜਾ ਫਾਇਦਾ, ਇਹ ਤੁਹਾਨੂੰ ਵੀ ਪਤਾ। ਬਿਲਕੁਲ ਜੀ ਬਿਲਕੁਲ, ਇਹ ਗੱਲਾਂ ਤਾਂ ਜ਼ਰੂਰੀ ਆ। ਤੇ ਅੱਛਾ ਹੈਪੀ ਬਾਈ, ਪਹਿਲੇ ਨੰਬਰ ਤੇ ਇਹ ਆਪਣੇ ਕੋਲ ਮੱਝ ਆ ਗਈ ਆ ਨੀਲੀ ਰਾਵੀ ਦੀ, ਇਸ ਦਾ ਦੂਜਾ ਸੂਆ ਝੋਟੀ ਸੂਈ ਆ ਦੂਜਾ? ਹਾਂਜੀ, ਮਗਰ ਕੱਟੀ ਆ ਸੂਈ ਨੂੰ 10 ਦਿਨ ਹੋ ਗਏ ਆ। ਓਕੇ, ਹਾਂਜੀ ਲਓ ਜੀ, 10 ਦਿਨਾਂ ਦੀ ਸੂਈ ਆ ਮਗਰ ਕੱਟੀ ਆ, ਕੱਟੀ ਵੀ ਪੂਰੀ ਤੰਦਰੁਸਤ ਐਕਟਿਵ, ਤੇ ਬਹੁਤ ਵੀਰ ਪਸੰਦ ਕਰਦੇ ਆ ਵੀ ਝੋਟੀ ਵੀ ਕੋਈ ਛੋਟੀ ਨਹੀਂ ਵੱਡੀ ਝੋਟੀ ਆ ਝੋਟੀ। ਦੂਜਾ ਸੂਆ ਵੀਰ ਦੱਸ ਰਿਹਾ ਵੀ ਸੂਈ ਆ 10 ਦਿਨਾਂ ਦੀ, ਤੇ ਹੈਪੀ ਬਾਈ ਕਿੰਨਾ ਥੱਲੇ ਦੁੱਧ ਹੋਣਾ? ਐ ਟਾਈਮ ਸਮਝੋ 10 ਕਿਲੋ, ਆਪਾਂ 2 ਟਾਈਮ 3 ਟਾਈਮ ਆਪਣੇ ਘਰੇ ਤਸੱਲੀ ਕਰੇ 10 ਕਿਲੋ। ਹਾਂਜੀ, ਬਣਾ ਦੇ ਕੇ ਜਾਵਾਂਗੇ ਐਨ ਹਾਜ਼ਰ ਬਿਲਕੁਲ। ਜਿਹੜਾ ਮੈਂ ਕਹਿੰਦਾ ਵੀ ਜਿੰਨਾ ਗਾ ਪਾਉਣਾ ਦੱਸਿਆ, ਬਾਕੀ ਚੋਣ ਚਾਣ ਦੀ ਤਸੱਲੀ ਬਹੁਤ ਜ਼ਿਆਦੀ ਮੈਂ ਚੰਗੀ ਆਪਣੇ ਤੋਂ ਸਵੇਰੇ ਮੈਂ ਆਈ ਆ ਜੇ। ਹਾਂਜੀ, 2 ਦਿਨ ਦਾ ਵੀ ਦੁੱਧ 12 13 ਕਿਲੋ ਮੈਂ ਥੱਲੇ ਚਵਾ ਦਾਂਗੇ ਆਪਾਂ, ਠੀਕ ਹੈ ਜੀ? ਹਾਂਜੀ, ਅਜੇ ਲਾਈ ਨੂੰ ਘੰਟਾ ਹੋਇਆ ਜੇ, ਠੀਕ ਹੈ ਜੀ? ਅੱਜ ਭਲ ਕੀ ਆਈ ਆਪਣੀ? ਅੱਜ ਸਵੇਰੇ ਸਵੇਰੇ ਅਜੇ ਆਈ ਹੈ ਸੰਧੂ ਸਾਹਿਬ। ਲਓ ਵੀ ਬਾਕੀ ਇਹ ਫੇਸ ਕੁਆਲਿਟੀ, ਫੇਸ ਕੁਆਲਿਟੀ ਅੱਖ ਬਿੱਲੀ ਮਣਕੀ ਆ ਦੋਸਤੋ, ਸਟੇਟ ਪਟਾ ਆਉਂਦਾ ਸੈਂਟਰ 'ਚ ਥੋੜ੍ਹਾ ਜਿਹਾ ਟੁੱਟਦਾ, ਚਾਰੇ ਖੁਰ ਧੋਤੇ ਆ, ਥਣ ਲੇਵੇ ਤੇ ਨਿਸ਼ਾਨ ਤੁਸੀਂ ਆ ਵੇਖ ਲਓ। ਆ ਲਓ ਜੀ, ਸੋ 10 ਕਿਲੋ ਦੁੱਧ ਕਰਮਾਲੀ ਦੇ ਥੱਲੇ ਆ, ਬਾਕੀ ਕੋਈ ਵੀਰ ਉਹਦੀ ਚੋ ਕੇ ਤਸੱਲੀ ਕਰ ਲੇ। ਅਗਲੇ ਗਾੜ ਗੂੜ ਚੰਗੀ ਹੈ? ਮੈਂ ਕਹਿੰਦਾ ਜੀ ਗਾੜ ਵੀ ਕਿਲੋ 1.5 ਕਿਲੋ ਹੋਊਗੀ। ਅੱਛਾ, ਹਾਂਜੀ ਠੀਕ ਹੈ ਜੀ, ਆਪਾਂ ਤੁਹਾਨੂੰ ਚਵਾ ਕੇ ਮੈਂ ਵਿਖਾ ਹੀ ਦੇਣੀ ਹੈ। ਬਾਕੀ ਸੋਹਣੇ ਪਿੱਠਪੁੜੇ ਦੇ ਵਿੱਚ ਆ, ਕਰਮਾਲੀ ਚੌੜੇ ਪਿੱਠਪੁੜੇ ਦੇ ਵਿੱਚ ਆ, ਪਤਲੇ ਪਿੰਡੇ ਦੀ ਆ, ਪੂਛ ਵੀ ਉੱਪਰ ਤੱਕ ਵਾਈਟ ਆ, ਸੂਹ ਦੇ ਨਿਸ਼ਾਨ ਸਾਰੇ ਨਿਸ਼ਾਨ, ਠੀਕ ਆ, ਨਿਸ਼ਾਨੀਆਂ ਨਿਸ਼ੂਨੀਆਂ ਜਿਹੜੀਆਂ ਬਰੀਕ ਉਹ ਪੂਰੀਆਂ ਕਰਦੀ ਆ।
ਅਤੇ ਹੈਪੀ ਬਾਈ ਲਿਆ ਇਹਨੂੰ ਖੋਲ੍ਹ ਕੇ ਤੋਰ ਦੇ, ਠੀਕ ਆ। ਸੋ ਮੱਝ ਚੰਗੀ ਆ ਦੋਸਤੋ, ਬਾਕੀ ਜਿਹੜੇ ਵੀਰ ਇਹੋ ਜਿਹਾ ਪਸ਼ੂ ਲੱਭ ਰਹੇ ਉਹ ਨੀਲੀ ਰਾਵੀ ਦਾ, ਮਗਰ ਕੱਟੀ ਆ ਵਾਧੇ ਬੰਦੀ ਆ ਵੀ ਚਲੋ ਮਗਰ ਕੱਟੀ ਵੀ ਕੋਈ ਸ਼ੌਂਕ ਨਾਲ ਸਾਂਭ ਲੈਂਦਾ। ਸਾਨੂੰ ਇੱਕ ਚੀਜ਼ ਆ, ਮੈਂ ਤੇ ਮੈਂ ਕੋਈ ਚੰਗੀ ਸੇਵਾ ਕਰ ਲੈਣਾ, ਚੰਗੀ ਸੇਵਾ 14-15 ਦੋ ਦਿਨ ਬਣਾ ਦੂਗੀ ਮੈਂ ਲਾ ਕੇ ਚੰਗੇ ਦੀ ਆ, ਠੀਕ ਆ ਜੀ। ਹਾਂਜੀ ਲਓ ਦੋਸਤੋ, ਇੱਕ ਵਾਰੀ ਥਾਣ ਭਾਂਡਾ ਤੁਹਾਨੂੰ ਥੋੜ੍ਹਾ ਜਿਹਾ ਨੇੜੇ ਦਿਖਾਉਣ ਦੀ ਕੋਸ਼ਿਸ਼। ਇੱਕ ਬੰਦਾ ਕਹ ਤੂੰ ਛੋਟੀ ਆ, ਛੋਟੀ ਨੀ ਗੀ, ਇਹ ਤੁਸੀਂ ਵੇਖ ਲਓ ਪੂਰੀ ਵੱਡੀ ਆ। ਬਿਲਕੁਲ ਜੀ ਬਿਲਕੁਲ। ਇੱਕ ਸਵੇਰੇ ਆਈ ਕਾਲੀ ਤਾਂ ਪਈ ਨਹੀਂ ਰਹਿੰਦਾ, ਡੰਗਰ ਫਿਰ ਜੀ ਜੂ ਨਹੀਂ ਲਾਉਂਦਾ, ਇੱਕ ਅੱਧਾ ਦਿਨ ਜਦੋਂ ਨਹੀਂ ਆਉਂਦਾ। ਉਹ ਪੁੱਤ ਬੱਚਾ ਤੇਰਾ ਹੋਵੇ ਅੰਦਰ ਆ, ਹੋਵੇ ਕੱਟੀ ਆਵੇ, ਕੱਟੀ ਜਾਵੇ ਹਲੇ ਲੈ ਲਓ ਜੀ। ਸੋ ਬੈਕ ਸਾਈਡ ਤੋਂ ਜਿਹੜੀ ਗੱਲ ਮੁੱਖ ਕਰਨ ਵਾਲੀ ਆ ਦੋਸਤੋ, ਵਿਖਾਲਾ ਬਿਲਕੁਲ ਤੁਹਾਡੇ ਸਾਹਮਣੇ ਆ ਬੈਕ ਸਾਈਡ ਤੋਂ, ਆਹ ਤੁਸੀਂ ਵੇਖ ਸਕਦੇ ਜੇ, ਠੀਕ ਆ। ਸੋ ਥਣ ਚੱਡੇ ਦੀ ਸਾਫ਼ ਸੁਥਰੀ ਆ ਕਰਮਾਂ ਵਾਲੀ, ਬਾਕੀ ਚਵਾਬ ਸਮਾਂ ਵੀ ਨਾਲ ਦੀ ਨਾਲ ਤੁਹਾਨੂੰ ਆਪਾਂ ਦਿਖਾਈ ਜਾਂਦੇ। ਮੈਂ ਕਹਿੰਦਾ ਵੀ ਹੁੰਦਾ 10 ਕਿਲੋ ਮਿੰਤੀ ਵਾਲਾ ਹੋਊਗਾ, ਭਾਵੇਂ 2-3 ਟਾਈਮ ਆਪਣੇ ਘਰੇ 5 ਦਿਨ ਬੰਦਾ ਕੋਈ ਚੋਲੇ, ਠੀਕ ਆ। ਵੱਧ ਦੇ ਹੋਏ ਘਰ ਦੀ ਜਾਂਦੇ ਹੋਏ ਆਪਣੇ ਕੋਲ ਘੰਟਾ ਕੁ ਹੋਇਆ ਜੀ ਆਈ ਨੂੰ, ਠੀਕ ਆ। ਹਾਂਜੀ ਅੱਛਾ, ਅਤੇ ਹੈਬੀ ਕਿੰਨਾ ਮੁੱਲ ਕਰਦੇ ਸਾਨੂੰ? ਸਰ ਮੁੱਲ ਕਰਨ ਨੂੰ ਇੱਕ 15 ਕਰ ਲਈਏ, ਇੱਕ 10 ਕਰੀਏ, ਇੱਕ 5 ਕਰ ਲਈਏ, 2 ਛੱਡ ਦਿਆਂਗੇ ਲੱਖ 'ਚੋਂ 98। ਹਾਂਜੀ ਬਾਕੀ ਜੇ ਤੁਹਾਡੀ ਕੋਈ ਮਾਨਤਾ ਤੁਸੀਂ ਦੱਸ ਪੋਰ ਕਰ ਦਿਆਂਗੇ। ਨਹੀਂ ਕਰ ਦਿਓ, ਦੱਸਾਂਗੇ ਚੱਕਰ ਆਪਾਂ ਸਾਰੇ ਭੈਣ ਭਰਾਵਾਂ ਦੇ ਨਾਲ। ਤੁਸੀਂ ਦੱਸ ਦਿਓ ਕੀ ਕਰਦੀ ਹੈ, ਕੀ ਛੱਡ ਗਏ, ਜਿੰਨਾ ਵੀ ਹੋ ਸਕਦਾ। ਮੇਰੀ ਗੱਲ ਸੁਣੋ, ਜਿਹੜਾ ਵੀ ਕੋਈ ਤੁਹਾਡਾ ਸੰਪਰਕ ਕਰੂਗਾ ਨਾ, ਹਾਂਜੀ ਜਿੰਨੇ ਵੀ ਉਹਨੂੰ ਜਾਇਜ਼ ਲੱਗਦੇ ਹੋਏ ਉਹਦਾ ਮਾਨਤਨ ਕਰ ਦਿਓ, ਆਪਾਂ ਉਹਨਾਂ ਦੇ ਨਾਲ ਹੀ ਆ। 95 ਦੀ ਮੈਂ ਦੇ ਦਿਆਂਗੇ। ਹਾਂ ਨਾ ਜਿਹੜੀ, ਹਾਂਜੀ ਉੱਚੋ ਸ਼ੋਰ ਛੱਪਾ ਕਰ ਦਾਂਗੇ ਵੀਰ ਦਾ ਆਏਦਾ। ਲਓ ਜੀ ਹਾਂਜੀ 95,000 ਦੀ ਭਰਾਵੋ ਜਿਹੜੀ ਇਹ ਮੱਝ ਮਿਲ ਜੂਗੀ, ਮਗਰ ਵੀ ਕੱਟੀ ਆ ਤੁਹਾਨੂੰ ਦਿਖਾਤੀ ਆ। ਮੈਂ ਇੱਕ ਦਾਦੀ ਵਿਕਣ ਵਾਲੀ ਆ, ਪਰ ਆਪਾਂ ਨੂੰ ਭਾਣਾ ਮਿਲੀ, ਭਾਣਾ ਆਪਾਂ ਦੇ ਦਿੰਦੇ ਆ। ਮੈਂ 95,000 ਤੋਂ ਛੋੜ ਕਰ ਦਿਆਂਗੇ 95 ਚ। ਹਾਂਜੀ ਉੱਚੋ ਆਏਦਾ ਵੀਰ ਦਾ ਮਾਨਤਨ ਕਰਾਂਗੇ। ਲਓ ਵੀ ਜੇ ਕੋਈ ਆਨਲਾਈਨ ਮੰਗਾਊਗਾ ਭੂਰ ਛਿੱਟਾ ਥਣ ਵਾਧੇ ਘਰ ਦੀ ਆਪਣੀ ਜ਼ਿੰਮੇਵਾਰੀ ਹੋਗੀ, 9 ਕਿਲੋ ਦੁੱਧ ਤੇ ਗਰੰਟੀ ਦੇ ਆਪਣੀ ਮਹਿਲ ਲੈ ਜੇ, ਠੀਕ ਹੈ। 9 ਕਿਲੋ ਦੇ ਘੱਲਾਂਗੇ ਜੇ ਇੱਦਾਂ ਖੜਨੇ ਕਿਸੇ ਨੇ ਦੇ, ਠੀਕ ਹੈ। ਹਾਂਜੀ ਕੋਈ ਵੀ ਡੰਗਰ ਆਪਾਂ ਵੀ ਮਾਨੇ ਚਲੋ ਵੀ ਕਿਲੋ ਖੰਡ ਘੱਟ ਹੀ ਦੱਸਣਾ ਵਾ ਵੀ ਜਿਹੜਾ ਅਗਲੇ ਦੇ ਘਰੇ ਜਾ ਕੇ ਨਿਕਲੇ, ਕੋਈ ਆਨਲਾਈਨ ਮੰਗਾਊ ਤੇ ਇੱਥੇ ਚੋਲੇ ਭਾਵੇਂ ਆਪਾਂ 10 ਕਿਲੋ ਚਵਾ ਕੇ ਦੇ ਦਾਂਗੇ। ਹਾਂਜੀ 95,000 ਤੋਂ ਛੋਟ ਛੱਪਾ ਕਰ ਦਿਆਂਗੇ। ਬਿਲਕੁਲ ਜੀ ਹਾਂਜੀ, ਬਾਕੀ ਤੁਹਾਨੂੰ ਪਤਾ ਮੈਂ ਛੋਟੀ ਨਹੀਂ ਮੈਂ ਵੱਡੀ। ਮੱਝ ਚੰਗੀ ਆ, ਸਿੰਗਲ ਹੱਡੀ ਦੇ ਵਿੱਚ ਆ, ਪਸੰਦ ਆਊਗੀ। ਤੇ ਇਸ ਤੋਂ ਬਾਅਦ ਆ ਜਾਈਏ ਆਪਾਂ ਅਗਲੀਆਂ ਵਹਿੜਾਂ ਜਿਹੜੀਆਂ ਆਪਣੇ ਕੋਲ ਆ, ਤੇ ਪਹਿਲੇ ਨੰਬਰ ਤੇ ਆਹ ਵਹਿੜ ਆ ਗਈ। ਹਾਂਜੀ ਇਹ ਸੂਈ ਹੈ, ਇਹ ਸੰਧੂ ਸਾਹਿਬ ਸੂਈ ਨੂੰ 15 ਦਿਨ ਹੋ ਗਏ ਜੋ। ਹਾਂਜੀ 15 ਲਾ ਲਓ, 18 ਲਾ ਲਓ, ਲਵੇ ਦੀ ਨਿਗਰ ਆ। ਅੱਛਾ 10 ਕਿਲੋ ਦੁੱਧ ਕੋਈ 2 ਟਾਈਮ ਭਾਵੇਂ 3 ਟਾਈਮ ਆਪਣੇ ਘਰੇ ਚੋਵੇ। ਲਓ ਜੀ ਹਾਂਜੀ ਨਿਗਰ ਲੇਵੇ ਦੀ ਆ ਦੋਸਤੋ, ਬਾਕੀ ਆਹ ਥਾਂ ਬਾਕੀ ਭੂਰ ਛਿੱਟਾ ਥਾਣ ਵੱਧ ਘੱਟ ਹੋਵੇ ਆਪਣੀ ਜ਼ਿੰਮੇਵਾਰੀ ਹੋਊਗੀ, ਠੀਕ ਆ ਜੀ। ਹਾਂਜੀ ਅੱਛਾ ਦਿਨ ਕਿੰਨੇ ਦੱਸੇ ਸੂਈ? 15-15 ਤੋਂ 20 ਹੋ ਗਏ, ਉਹ ਡੱਬਾ ਵਛਾ ਜੋ ਮਗਰ ਆ ਬੱਚੇ ਤੁਹਾਨੂੰ ਵਿਖਾ ਦਿੰਦੇ ਆ, 15-20 ਦਿਨ ਹੋ ਗਏ ਆ। ਦੂਜਾ ਸੂਗਾ ਤੇ ਦੁੱਧ ਹੁਣ ਕਿੰਨਾ? 10 ਕਿਲੋ ਬਣਾ ਕੇ ਦੇਵਾਂਗੇ, ਇੱਦਾਂ ਕੋਈ ਖੜਦਾ ਆਪਣੀ 9 ਕਿਲੋ ਦੀ ਗਰੰਟੀ ਲੈ ਜੇ, ਠੀਕ ਆ। ਆਪਣੇ ਘਰੇ 10 ਕਿਲੋ ਚਵਾ ਦਾਂਗੇ, ਭੂਰ ਛਿੱਟਾ ਥਾਣ ਵੱਧ ਘੱਟ ਹੋਵੇ ਜੇ ਗੱਡੀ ਦਾ ਕਿਰਾਇਆ ਆਪਣਾ ਹੋਊਗਾ। ਲਓ ਵੀ ਹਾਂਜੀ। ਸੋ ਦੋਸਤੋ ਕਿਸੇ ਤਰ੍ਹਾਂ ਦਾ ਕੋਈ ਥਾਣਾ ਦੇ ਵਿੱਚ ਡਿਫੈਕਟ ਹੋਵੇ ਤੇ ਉਹ ਵੀ ਵੀਰ ਤੁਹਾਨੂੰ ਆਖਣ ਡਿਆ ਵੀ ਵਾਪਸੀ ਆਪਣੀ ਕਿਰਾਇਆ ਭਾੜਾ ਆਪਣਾ ਕਿਸੇ ਵੀਰ ਦੀ ਖੇਚਲ ਜੋ ਬਣਦੀ ਸਰਦੀ ਉਹ ਵੀ ਦਿੱਤੀ ਜਾਊਗੀ, ਪਰ ਇਹ ਨਹੀਂ ਹੋਊਗਾ ਵੀ ਜੋ ਦੱਸਿਆ ਗਲਤ ਨਿਕਲੇ। ਤੇ ਚੋਣ 1 ਨੰਬਰ ਆ, 10 ਕਿਲੋ ਦੁੱਧ 9.5 ਕਿਲੋ ਮੰਨ ਕੇ ਵੀ ਤੁਸੀਂ ਜਿਹੜਾ ਸੌਦਾ ਕਰ ਰਹੇ ਹੋ ਇਦਾਂ ਕੋਈ ਮੰਗਾ ਸਕਦੇ ਆਪਾਂ 9 ਕਿਲੋ ਦੀ ਗਰੰਟੀ ਦੇ ਗਾਂ ਭੇਜ ਦਾਂਗੇ, ਠੀਕ ਹੈ ਜੀ। ਹਾਂਜੀ ਸੋ 15 ਕੁ ਦਿਨਾਂ ਦਾ ਜਿਹੜਾ ਸੂਆ, ਹਾਂਜੀ ਮਗਰ ਦੇ ਵੱਛੀ ਹੈ ਜੀ? ਨਹੀਂ ਵੱਛਿਆ ਜੀ, ਮਗਰ 3 ਮਗਰ ਹੀ ਵੱਛੇ ਆ। ਲਓ ਜੀ 3 ਮਗਰ ਵੱਛੇ ਆ। ਹਾਂਜੀ ਤੇ ਲੈ ਵੀ ਹੈਪੀ ਬਾਈ ਇਹਨੂੰ ਵੀ ਕੱਢ ਗਏ, ਇਹ ਵੀ ਵੱਡੀ ਆ, ਕੋਈ ਛੋਟੀ ਵੈਟ ਨਹੀਂ ਗੀ। ਇਹਨੇ ਨਾ ਸੰਧੂ ਸਾਹਿਬ ਦੁੱਧ ਹੀ 12-13 ਕਿਲੋ ਐਵੇਂ ਦੇ ਵਿੱਚ ਝੂਠ ਮਾਰ ਦਈਏ, ਜਿਹਦੇ ਨਾਲ ਆਪਣੇ ਤੋਂ ਆਈ ਨਾ, ਇਹਨੇ ਆ ਕੇ 2-4 ਦਿਨ ਗਾਣੇ ਜੀ ਨਹੀਂ ਲਾਇਆ, ਅੱਜ 5ਵਾਂ ਦਿਨ ਨੂੰ ਆਈ ਨੂੰ ਹੋਇਆ ਵਾ, ਇਹਨੇ ਮਗਰ ਦੇ ਘਰ ਦਾ ਬੜਾ ਤੇਜ਼ ਕੀਤਾ ਸੀ, ਠੀਕ ਹੈ ਜੀ। ਹਾਂਜੀ ਹੁਣ 10 ਕਿਲੋ ਦੁੱਧ ਬਣਾ ਲਿਆ, 12-12.5 ਕਿਲੋ ਦੁੱਧ ਚੋ ਕੇ ਲਈ ਆ, ਠੀਕ ਹੈ ਜੀ।
ਬੇਸ਼ੱਕ ਦੋਸਤੋ ਅੱਗੇ ਜਿਹੜਾ ਕੋਈ ਵੀਰ ਟਿਕਾ ਕੇ ਸੇਵਾ ਕਰ ਲੂਗਾ, ਕੋਈ ਛੋਟੀ ਨਹੀਂ ਵੱਡੀ, ਜਿਹੜੀ ਮੀਡੀਅਮ ਦੱਸਾਂਗੇ ਉਹ ਮੀਡੀਅਮ ਹੋਊਗੀ। ਕੱਦ ਉੱਚਾ, ਉੱਚੇ ਕੱਦ ਦੇ ਵਿੱਚ ਆ, ਵੇਲ ਵੂਲ ਚੰਗੀ ਆ। ਇੱਥੇ ਹੈਪੀ ਇੱਕ ਮਿੰਟ ਰੋਕ ਲਾ, ਫਿਰ ਆਪਾਂ ਮਾੜਾ ਥਣ ਦਿਖਾ ਦਈਏ। ਆ ਲਓ, ਘਰਾਂ ਘਰਾਂ ਮਾਲ ਨਿਕਲਦਾ, ਕਈ ਨਹੀਂ ਜੀ ਲਾਉਂਦੇ। ਹਾਂਜੀ ਠੀਕ ਆ ਜੀ, ਹਾਂਜੀ ਹਾਲ ਲੈ ਚੱਲੀਏ ਜੀ। ਹੁਣ ਪੱਠਾ ਪੁੱਠਾ ਪੂਰਾ ਜੀ ਲਾਇਆ ਗਾਣੇ, ਹੁਣ ਤੁਹਾਨੂੰ ਪਤਾ ਜਦੋਂ ਡੰਗਰ ਦਿਲ ਧਰਦਾ ਦੁੱਧ ਉਦੋਂ ਵੱਧਦਾ, ਮਤਲਬ 8 ਕਿਲੋ ਦੇ ਆ ਗਈ 7 ਤੇ। ਕੱਲ ਕੱਲ ਜੀ 2-3 ਕਿਲੋ ਦਾ ਗਾਂ ਫਰਕ ਪਾ ਗਈ ਆ। ਠੀਕ ਆ ਜੀ, ਹਾਂਜੀ ਬਾਕੀ ਫੀਡ ਫੂਡ ਜੋ ਮਰਜ਼ੀ ਪਾਈ ਉਹ ਸਭ ਚੁੱਕੀ ਜਾਂਦੀ, ਤੇ ਕਈ ਡੰਗਰ ਵੰਡ ਨਹੀਂ ਨਾ ਖਾਂਦਾ, ਜੋ ਮਰਜ਼ੀ ਪਾਈ ਆ ਉਹ। ਲਓ ਜੀ ਆ ਵੇਲੋ ਗਾੜੀ ਤੂੜੀ ਆ ਰਹੀ ਪਿਆ ਇਹਨਾਂ ਦੇ, ਫਿਲਹਾਲ ਖਾਈ ਜਾਂਦੀਆਂ ਐ ਚਾਰੂ ਆ। ਜਿੱਦਾਂ ਜਿਹੜਾ ਮਰਜ਼ੀ ਚੋਲੇ ਚੱਕਰ ਕਈ ਥਾਂ ਲੰਮੇ ਹੁੰਦੇ ਆ, ਖੁਰਖਾ ਡੰਗਰ ਆਪਦਾ ਰੱਖ ਲੈਂਦਾ ਇਹਦੇ ਮਗਰ ਵੀ ਬੱਚਾ ਸੀ ਜਿਹੜਾ ਚਿੱਟਾ। ਹਾਂਜੀ ਹਾਂਜੀ, ਇਹਦੇ ਮੈਨੂੰ 10 ਦਿਨ ਹੋ ਗਏ ਸੂਈ ਨੂੰ, 10 ਤੋਂ 12 ਦਿਨ। ਠੀਕ ਆ ਜੀ, ਹਾਂਜੀ ਬਾਕੀ ਚੋਣ ਚਾਣ ਇਹ ਵੀ ਬਹੁਤ ਜ਼ਿਆਦਾ ਚੰਗੀ ਆ ਜੀ ਇਹ ਵੀ। ਠੀਕ ਆ ਹਾਂਜੀ, ਬਾਕੀ ਮੂੰਹ ਮੱਥਾ ਇੱਕ ਵਾਰੀ ਜ਼ਰੂਰ ਦੇਖ ਲਓ ਜੀ, ਛੋਟੇ ਜਿਹੇ ਕੰਨ, ਆਹ ਬੂਥੀ ਪਾਥੀ ਬਹੁਤ ਪੂਰੀ ਜਾਤ ਪਾਤ ਵਾਲੀ ਵਹਿੜ ਆ ਥੋੜਾ ਜਿਹਾ ਫੇਸ। ਹਾਂਜੀ ਤੇ ਹਾਈਟ ਮੀਡੀਅਮ, ਨਿੱਗਰ ਨੂੰ ਕਰ ਪਿੰਡਾ ਬਿਲਕੁਲ ਪਰਫੈਕਟ ਐ, ਪੂਰੀ ਰਾਜੀ ਕੋਈ ਛੋਟੀ ਨਹੀਂ ਗੀ। ਠੀਕ ਆ, ਮੰਨ ਕੇ ਚੱਲੋ ਵੀ ਪੂਰੀ ਜੰਮੀ ਪਲੀ ਆ, ਚਲੋ ਕਦ ਉਹਦਾ ਮੀਡੀਅਮ ਹੈਗਾ ਵਾ, ਬਾਕੀ ਐ ਪੂਰੀ ਰਾਜੀ ਆ। ਚਾਰੂ ਬਹੁਤ ਜ਼ਿਆਦੀ ਜੋ ਮਰਜ਼ੀ ਪਾਈ ਹੋਈ ਨੂੰ, ਬਿਲਕੁਲ ਇੱਕ ਗੁਲਾਈ ਦੇ ਵਿੱਚ ਚੱਡਾ। ਹਾਂਜੀ ਗੋਲ ਜਿਵੇਂ ਆਪਾਂ ਨਿੱਗਰ ਲਵੇ ਦੀ ਆ, ਦੁੱਧ ਵਾਲੀ ਆ, ਕੰਪੈਕਟ ਜੈਡਰ। ਹਾਂਜੀ ਆ ਲਓ, ਠੀਕ ਆ। ਸੋ 9-10 ਇਹ ਵੀ ਚੱਲਦੀ ਪਈ ਆ, ਦਿਨ ਵੀ 10 ਹੋ ਗਏ ਆ, ਬੱਚਾ ਵੀ ਤੁਹਾਨੂੰ ਨਾਲ ਦਿਖਾ ਦਾਂਗੇ। ਸੋ ਬਾਕੀ ਬਹੁਤ ਸੋਹਣੀ ਆ ਨਿੱਗਰ, ਜਿੰਨੀ ਵੀ ਆ ਨਿੱਗਰ, ਲੇਵੇ ਵਾਲੇ ਪਾਸਿਓਂ ਵੀ, ਪਿੰਡੇ ਵਾਲੇ ਪਾਸਿਓਂ ਵੀ, ਸਰੀਰ ਵਾਲੇ ਪਾਸਿਓਂ ਨਿੱਗਰ। ਠੀਕ ਆ, ਸੁਬਾ ਕਰਮਾ ਲਈ ਦੂਜਾ ਸੂਈ, ਦੂਜਾ ਸੂਈ ਤੇ ਦਬਾਅ ਅੱਛਾ ਜਿਹਾ ਮਾਰ, ਤੁਹਾਨੂੰ ਦਿਖਾ ਦਿੰਦੇ ਆ, ਬੱਚਾ ਜ਼ਰੂਰ ਦਿਖਾਉਣੇ ਆ, ਵੇਖੋ। ਆ ਲਓ ਜੀ ਆਹ ਬੱਚਾ ਦੇਖੋ, ਮੇਲ ਕਾਫੀ ਹੈ ਬੱਚਾ। ਹਾਂਜੀ ਹਾਂਜੀ ਅੱਛਾ ਜੀ, ਲਓ ਜੀ ਬੱਚਾ ਮਗਰ। ਠੀਕ ਆ ਠੀਕ ਆ ਬਈ, ਹੈਪੀ ਮੋੜ ਤੋੜ ਦਈਏ ਲੰਮਾ। ਸੋ 10 ਕਿਲੋ ਦੁੱਧ ਕੋਈ 2-3 ਟਾਈਮ ਆਪਣੇ ਘਰੇ ਚੋਲੇ ਪਾਵਾਂਗੇ। ਠੀਕ ਹੈ ਜੀ, ਹਾਂਜੀ ਇਦਾਂ ਖੜੂਗਾ ਤੇ 9 ਕਿਲੋ ਦੁੱਧ ਦੀ ਗਰੰਟੀ ਦੇਵਾਂਗੇ। ਲਓ ਦੋਸਤੋ ਬਾਕੀ ਤੁਹਾਨੂੰ ਇੱਕ ਜਾਣਕਾਰੀ ਦੇ ਹੀ ਦਿੱਤੀ ਆ ਵੀ ਕੋਈ ਪਸ਼ੂ ਵੀ ਕਾਦੋੜਾ ਜ਼ਰੂਰ ਛੋਟਾ ਹੋਊਗਾ, ਬਾਕੀ ਸੀਲ ਠੰਡੀ ਤੇ ਨਿੱਗਰ ਆ। ਆ ਵੇਖ ਲਓ, ਕੋਈ ਚੱਕਰ ਨਹੀਂ, ਜਦੋਂ ਦੀ ਮਰਜ਼ੀ ਬੈਠੇ ਰਹੋ। ਲਓ ਜੀ ਲਓ, ਕਿਹਦੇ ਹੁੰਦਾ ਹੋਣਾ ਕਹਿ ਦੇਣਾ। ਠੀਕ ਹੈ ਸਾਹਿਬ,
ਆ ਵੇਖ ਲਓ ਜੀ, ਤੋਰ ਦਈਏ ਜੀ, ਆ ਤੋਰ ਦਿਓ। ਬਾਕੀ ਰੇਟ ਵੀ ਜਿਹੜੇ ਆ ਦੋਸਤੋ ਬਿਲਕੁਲ ਜੈਨੂਨ ਆ, ਜਾਇਜ਼ ਰੇਟ ਆ, ਹਰ ਅੱਜ ਰੇਟ ਦੇ ਦੇਣੇ ਨਾ ਆਪਾਂ, ਸਮਝ ਲਓ ਵੀ ਦੋਈ ਤਿੰਨੀ ਮਹੀਨੇ ਬਾਅਦ ਵੀਡੀਓ ਪਾਉਣ ਲੱਗੇ, ਹੁਣ 4 ਮਹੀਨੇ ਹੋ ਗਏ ਆਪਾਂ ਨੂੰ ਜਾਪਦਾ। ਤੇ ਰੇਟ ਆਪਾਂ ਸਮਝ ਲਓ ਵੀ ਫੜ ਲਓ ਹੀ ਕਰ ਦੇਣੀ ਆ ਦੇ। ਚਲੋ ਜਿਹੜਾ ਘੰਟੇ ਜੀ 60 ਜੇ। ਅੱਛਾ ਭਾਈ ਕਿੰਨਾ ਮੁੱਲ ਕਰਦੇ ਆ ਪੀਂਦਾ? ਸਾਡਾ ਮੁੱਲ ਇਹਦਾ ਵੀ 35 ਆ। 34,000 ਦੀ ਵਾਰ ਦੇ ਦਾਂਗੇ। 34 ਦੀ? ਹਾਂਜੀ। 33,000 ਤੋਂ ਵੀਡੀਓ ਛੋੜ ਛੱਪਾ ਹੀ ਹੋਊਗਾ ਵੈਰ ਦਾ। 33 ਚੋਂ? 33,000 ਚੋਂ। ਲਓ ਵੀ ਦੋਸਤੋ ਕਰੋ ਗੱਲ, 33,000 ਦੇ ਵਿੱਚੋਂ ਛੋੜ ਛੱਪਾ। ਬਾਕੀ ਉਹੋ ਜੀ ਨੀਗੀ ਡਰਦੀ ਜਾਂ ਕੋਈ ਜਿੱਦਾਂ ਮਰਜ਼ੀ ਲਓ, ਕੋਈ ਉਹੋ ਜੀ ਗੱਲ ਬਾਤ ਨੀ, ਜਿੱਦਾਂ ਮਰਜ਼ੀ ਚੁੰਬੜੇ ਰਹੋ। ਬਾਕੀ ਨਿੱਗਰ ਲਵੇ ਜੀ ਦੁੱਧ ਵਾਲੀ ਵੈੜ। ਹਾਂਜੀ ਲਓ ਜੀ, ਐ ਸੀਲ ਸਾਊ ਪੂਰੀ 33,000 ਤੋਂ ਛੋੜ ਹੋਊਗੀ। ਠੀਕ ਹੈ ਭਰਾ। ਹਾਂਜੀ ਅੱਗੇ ਆ ਗਈ ਆਪਣੇ ਕੋਲ ਆ ਵੈੜ। ਹਾਂਜੀ ਸੰਧੂ ਸਾਹਿਬ, ਉਹ ਪਹਿਲਾ ਸੂਆ 4 ਦੰਦ ਜੋ ਮੂੰਹ ਤੋਂ ਸ਼ਾਹੀਵਾਲ ਦਾ ਕ੍ਰੋਸ ਸੀ। ਮੈਂ ਕਹਿੰਦਾ ਜੀ ਸ਼ਾਹੀਵਾਲ ਪਿਓਰ ਆ, ਵੇ ਕ੍ਰੋਸ ਕੀ ਧੁੰਨ ਵੇਲੋ ਕਿੱਡਾ ਲੱਗਾ ਵੈੜ ਨੂੰ। ਹਾਂਜੀ ਪਿਓਰ ਸ਼ਾਹੀਵਾਲ ਆ, ਥਾਨ ਵੇਲੋ ਕਿੱਡਾ ਲੱਗਾ ਪਹਿਲਣ ਨੂੰ, ਐਡਾ ਥਾਨ ਨਹੀਂ ਕੋਈ ਲੱਗਦਾ ਪਹਿਲਣ ਵੈੜ ਨੂੰ। ਬਹੁਤ ਸੋਹਣੀ ਬੱਚੀ। ਹਾਂਜੀ ਥਾਨ ਥੁਨ ਬਹੁਤ ਸੋਹਣਾ ਦੋਸਤੋ, ਵੇਖੋ ਹੱਥੀ ਜਵਾਈ ਦਾ ਥਾਨਾ, ਥਾਨ ਵੀ ਲੈਵਾ ਵੀ ਵੇਲੋ ਕਿਹੜੇ ਕਿੱਦਾਂ ਦਾ ਲਈ ਫਿਰਦੀ ਜੀ, ਕਿਹੜੇ ਤਿੰਨ ਗਾਵਾਂ ਵਾਲਾ। ਅੱਛਾ ਪਹਿਲਣ ਬੱਚੀ ਸੂਈ ਆ? ਪਹਿਲਣ ਆ ਜੀ, ਮੂੰਹ 4 ਦੰਦ ਦੇ ਪਣੀ 6 ਹੋਏ, 4 ਦੰਦ 6 ਮੈਂ 6 ਦੰਦ ਆ ਪਿਓਰ। ਹਾਂਜੀ ਦਿਨ ਕਿੰਨੇ ਕੋ ਗਏ ਨੇ? ਦਿਨ ਸੂਈ ਨੂੰ 12-13 ਦਿਨ ਹੋ ਗਏ ਆ। 12-13 ਦਿਨਾਂ ਦੇ? ਹਾਂਜੀ। ਅੱਛਾ ਤੇ ਮਗਰ ਬੱਚਾ ਇਹਦੇ? ਮਗਰ ਬੱਚਾ ਇਹਦੇ ਵੀ, ਇਹਦੇ ਬੱਚਾ। ਹਾਂਜੀ ਠੀਕ। ਹੁਣ ਦੁੱਧ ਇਸ ਟਾਈਮ ਕਿੰਨਾ? ਇਸ ਟਾਈਮ ਦੋਸਤੋ 13 ਕਿਲੋ ਹੋਊਗਾ ਤੇ 11 ਕਿਲੋ ਦੀ ਆਪਣੀ ਗਰੰਟੀ ਦੇ ਦਾਂਗੇ, ਭਾਵੇਂ ਕੰਡੇ ਤੇ ਰੱਖ ਲੈ ਕੋਈ 11 ਕਿਲੋ। ਹਾਂਜੀ ਤੇ ਲੀਟਰ ਨਾ ਮੈਂ ਇਹਨਾਂ ਦੇ ਭਾਵੇਂ 13 ਕਿਲੋ ਹੀ ਮਿਲ ਲਿਓ। ਠੀਕ ਹੈ ਜੀ। ਹਾਂਜੀ ਜਿਹੜਾ ਕੰਡੇ ਵਾਲਾ ਉਹ 11, ਕੰਡੇ ਵਾਲਾ 11 ਕਿਲੋ ਦੁੱਧ ਹੋਊਗਾ ਥੱਲੇ। 2-3 ਟਾਈਮ ਆਪਣੇ ਘਰੇ ਤਸੱਲੀ ਕਰ ਲੈ ਕੋਈ। ਲਓ ਵੀ ਐਦਾਂ ਮੰਗਾਉਣੀ ਤਾਂ ਮੈਂ 11 ਕਿਲੋ ਦੀ ਗਰੰਟੀ ਦੇ ਗਾਂ ਭੇਜੂਗਾ, 11 ਨੂੰ ਪਾਈਆ ਵੀ ਕਰੂ ਤੇ ਮੇਰੀ ਗਾਂ ਵਾਪਸ ਹੋ ਜਾਊਗੀ। ਠੀਕ ਹੈ। ਹਾਂਜੀ ਪਾਈਆ ਦੁੱਧ ਵੀ ਨਹੀਂ ਘਟਦਾਗਾ ਦੋਸਤੋ, 11 ਕਿਲੋ ਦੁੱਧ ਪਹਿਲਣ ਬੱਚੀ ਲੀਟਰ ਨਾ ਮਿਲਣਾ ਵਾ ਤੇ 13 ਕਿਲੋ ਮਿਲੇ ਝੱਗ ਸਮੇਤ ਤੇ ਕੰਡੇ ਤੇ ਰੱਖਣਾ ਤੇ 11 ਕਿਲੋ ਰੱਖ ਲੈ ਕੋਈ। ਠੀਕ ਹੈ। ਹਾਂਜੀ ਠੀਕ ਆ। ਲੈ ਵੀ ਏਪੀ ਪਈਆ ਵੀ ਕੱਢ ਕੇ ਬਾਹਰ ਤੋਰ ਦਈਏ ਵੱਛੀ ਦੋਸਤੋ। ਪਹਿਲਾਂ ਸੂਆ ਸੂਈ ਆ, ਠੀਕ ਆ ਜੀ, ਸ਼ਾਹੀਵਾਲ ਅਤੇ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਕੋਈ ਰਾਠੀ ਦਾ ਵੀ ਤੁਸੀਂ ਕ੍ਰੋਸ ਮੰਨ ਸਕਦੇ ਜੇ ਲੰਬਾ ਧੋਣ। ਸਮਝ ਲਓ 5 ਫੈਟ ਆਉਂਦੀ ਹੈ ਇਹਦੀ। ਫੈਟ ਤਾਂ ਚੰਗੀ ਹੁੰਦੀ ਬੱਚੀਆਂ ਦੀ, ਵੈੜਾਂ ਦੀ ਇਸ ਬ੍ਰੀਡ ਦੀ ਉਹ ਬੱਚਾ ਜੋ ਬੰਨੇ ਵਾਲਾ ਦਾ। ਮਗਰ ਇਹਦੇ ਵੀ ਬੱਚਾ ਵੈੜਾਂ ਦੋਸਤੋ ਜਿੰਨੀਆਂ ਤੁਹਾਨੂੰ ਦਿਖਾ ਰਹੀਆਂ ਦਿਖਾ ਦਿੱਤੀਆਂ ਨੇ ਸਾਰੀਆਂ ਮਗਰ ਬੱਚੇ ਆ ਮੇਲ ਕਾਫ ਆ। 11 ਕਿਲੋ ਦੁੱਧ ਇਸ ਵੈੜ ਦੇ ਥੱਲੇ ਹੁਣ ਹਾਜ਼ਰ, ਸੋ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਕੱਦ ਇਹਦਾ ਵੀ ਮੀਡੀਅਮ ਜੋ ਕੋਈ ਇਹ ਨਾ ਆਖੇ ਵੀ ਵੱਡੀ ਆ ਇਹ। ਨਹੀਂ ਨਹੀਂ ਬਾਲੀ ਵੱਡੀ ਨਹੀਂ, ਆਪਾਂ ਕਹਿੰਦੇ ਵੀ ਮੀਡੀਅਮ। ਬਾਕੀ ਟੋਕਰੀ ਪਟੇ ਖਾ ਕੇ ਰੱਜ ਨਾਲ ਹੀ ਆ, ਮੈਲਾ ਮੂਲੇ ਦੇ ਚੱਲ ਗਈ ਤੁਹਾਨੂੰ 14-15 ਕਿਲੋ ਵੈੜ ਕਰ ਜੂਗੀ। ਬਿਲਕੁਲ। ਹਾਂਜੀ ਲਓ ਜੀ ਬਾਕੀ ਥਣ ਥੁਣ ਵੇਖ ਲਓ ਕਿੱਦਾਂ ਦਾ ਲੱਗਾ ਇਹਨੂੰ ਕੁਆਲਿਟੀ ਵਾਲਾ। ਅਗਲੇ ਥਣ ਬਹੁਤ ਸੋਹਣੇ ਆ, ਅਗਲੇ ਵੀ ਹੱਥੀ ਚਵਾਈ ਬਹੁਤ ਹੀ ਜ਼ਿਆਦਾ ਸੰਧੂ ਸਾਹਿਬ, ਮੋਗਾ ਹੀ ਆ ਦੇ 5 ਮਿੰਟਾਂ ਦੀ ਖੇਡ ਚਵਾਈ ਦੀ। ਵੇਖੋ ਹੋਰੇ ਪਾਸੇ ਥਣ ਵੇਖੋ ਕੀ ਲੱਗਾ ਇੱਧਰ, ਵੇਖੋ ਕੀ ਜਗਾਰ ਲਈ ਫਿਰਦੀ ਆ, ਫੁੱਟ ਫੁੱਟ ਬਾਹਰ ਆਉਂਦੀ ਆ, ਨਿੰਬੂ ਵਾਂਗੂ ਨੁੱਚੜ ਜਾਂਦੀ ਵੈੜ। ਅੱਛਾ ਹਾਂਜੀ ਵੇਖ ਲਓ ਖਲੋਣੀ ਸਾਰੀ ਚੰਗੀ ਆ, ਮੁਕਾਬਲਾ ਨੇ ਵੱਡੀਆਂ ਦੇ ਕਦੋਂ 14-15 ਕਿਲੋ ਰਮਾਨ ਨਾਲ ਦੇਈ ਜਾਣਾ। ਹਾਂਜੀ ਹਾਂ ਤੋੜ ਲਈਏ ਵੀਰ ਆਪੀ, ਬਾਕੀ ਗਰਮੀ ਦਾ ਗਾਂ ਮੌਸਮ ਆ ਜਾਣਾ ਚੰਗੀ ਆ। ਬਿਲਕੁਲ ਨਹੀਂ ਤਾਂ ਕਈ ਲੋਕ ਐਚਐਫ ਲਾਉਂਦੇ 60,000 ਤੋਂ ਛੱਜ ਵਾਂਗੂ ਵੱਜੀ ਜਾਂਦੀਆਂ, ਇਹਨੇ ਛੱਜ ਵਾਂਗੂ ਵੱਜਣਾ, ਬਸ ਧੁੱਪੇ ਬੰਨ ਛੱਡ ਮੈਨੂੰ ਬਸ ਬਸ, ਹੁਣ ਗਰਮੀ ਵਾਲੇ ਤੋਹਫੇ ਗਾਂ ਪਾਉਣੇ ਆਪਾਂ। ਲਓ ਦੋਸਤੋ ਬੱਚੀ ਵੈਸੇ ਵੀ ਉਹਦਾ ਪਹਿਲੇ ਨੂੰ ਐਡਾ ਥਾਨ ਨਹੀਂ ਲੱਗਦਾ ਜਿੱਦਾਂ ਨੂੰ ਥਾਨ ਲੱਗਾ ਕੁਆਲਿਟੀ ਵਾਲਾ, ਐਡਾ ਥਾਨ ਨਹੀਂ ਕੇ ਗਾਣ ਲੱਗਦਾ ਬਸ ਬਸ। ਹਾਂਜੀ ਵੈਸੇ ਸਹੀ ਵਾਲ ਦਾ ਚਲੋ ਥਾਨ ਕਦੀ ਮਾੜਾ ਨਹੀਂ ਹੁੰਦਾਗਾ, ਬਹੁਤ ਲੰਬੇ ਥਾਨ। ਹਾਂਜੀ
ਤੇ ਵੈਸੇ ਕਿੰਨਾ ਮੁੱਲ ਕਰਦੇ ਤਾਂ ਲੈਣ ਸਾਧੂ ਸਾਹਿਬ, ਮੁੱਲ ਕਰਨ ਨੂੰ 40 ਕਰਾ ਲਓ, 42 ਕਰਾ ਲਓ, ਹਾਂਜੀ ਹਾਂਜੀ 38,000 ਦੀ ਵੈਟ ਦੇ ਦਈਏ, ਪੂਰੇ 35,000 ਦੀ ਵੈਟ ਦੇ ਦਾਂਗੇ, 35 ਦੀ, 35 ਛੋਟ ਛਾਪਾ ਹੋਊਗਾ, ਕਰ ਦਿਓ ਕਰ ਦਿਓ, ਹਾਂਜੀ ਜਿੰਨਾ ਵੀ 34 ਦੀ ਦੇ ਦਾਂਗੇ, ਹੋਰ ਦੱਸੋ 34,000 ਦੀ, ਹਾਂਜੀ ਲਓ ਜੀ 34,000 ਦੀ ਵੈਟ ਮਿਲ ਜੂਗੀ ਭਰਾਵੋ, ਬੱਚਾ ਇੱਕ ਵਾਰੀ ਤੁਹਾਨੂੰ ਇਹਦਾ ਆਪਾਂ ਫਿਰ ਦਿਖਾ ਦਿੱਤਾ, ਉਹ ਵੇਖ ਲਓ ਜੀ ਉਹ ਬੱਚਾ ਜੋ, ਆਹ ਬੱਚਾ ਗੁੱਠ 'ਚ ਖੜਾ, ਆਹ ਵੇਖੋ ਜੀ, ਠੀਕ ਆ ਜੀ, ਇਹ ਬੱਚਾ ਮੇਲ ਕਾਫ, ਕੋਈ 10 ਦਿਨਾਂ ਦਾ ਲਾ ਲਿਆ, ਕੋਈ 15 ਦਾ ਲਾ ਲਿਆ, ਇਹਨਾਂ ਦੇ ਸਾਹਮਣੇ ਆ ਜੀ, ਠੀਕ ਆ, ਹਾਂਜੀ ਰਵੀ ਭਾਈ, ਜਿਹੜੀ ਇੱਕ ਲਾਸਟ ਵਿੱਚ ਇਹ ਤੋਕੜ ਗੱਭਣ, ਇਹ ਹੁੰਦਾ ਤੋਹਫਾ ਹੀ ਆ, ਤੇ ਜਰਸੀ, ਹਾਂਜੀ ਅੱਛਾ, ਵੇਖ ਲਓ ਕੁੜੀਆ ਬਹੁਤ ਸੀਲ ਠੰਡੀ ਆ, ਤੂੰ ਵੇਖ ਕਹਿੰਦਾ ਥੱਲੇ ਸਾਧੂ ਸਾਹਿਬ 2 ਕਿਲੋ ਦੁੱਧ ਜੋ, ਓਕੇ ਮੈਂ ਕਿਹਾ ਮੈਂ 5,000 ਜੀ 4 ਆ, ਫਾਇਦਾ ਕੋਈ ਨਹੀਂ, ਤੇ 1.5 ਮਹੀਨੇ ਦੀ ਚੈੱਕ ਪਾਸ ਆਪਣੇ ਨੂੰ ਵੀਡੀਓ ਬਣੀ ਪਈ ਆ, ਤੇ ਗਰੰਟੀ ਆਪਣੀ ਆ, ਅੱਜ ਭਲ ਕੀ ਕਰਾਈ ਚੈੱਕ, ਪਰਸੋਂ ਚੈੱਕ ਕਰਾਈ ਆ ਜੀ, 1.5 ਮਹੀਨੇ, ਹਾਂਜੀ ਆਪਣੀ ਗਰੰਟੀ ਹੋਊਗੀ ਜੀ, ਬੱਚੀ ਪਹਿਲਾਂ ਦੂਜਾ ਸੂਆ ਹੀ ਸੂਈ, ਸਾਧੂ ਸਾਹਿਬ ਪਹਿਲਾ ਸੂਆ ਸੂਈਆ, ਦੂਜਾ ਗਾੜੀ ਸੂਣਾ ਇਹਨੇ, ਦੂਜਾ ਗੱਭਣ ਹੋ ਗਈ, ਹਾਂਜੀ ਲੱਗ ਪਈ ਭਰਾਵੋ 1.5 ਮਹੀਨੇ ਦੀ ਜਿਹੜੀ ਅੱਗੇ ਗੱਭਣ ਆ, ਚੈੱਕ ਪਾਸ, ਚੈੱਕ ਪਾਸ ਆ ਜੀ, ਕੱਲ ਪਰਸੋਂ ਚੌਥ ਦੀ ਜਿਹੜੀ ਪਰਸੋਂ ਕਰਾਈ, ਚੈੱਕ ਪਰਸੋਂ ਕਰਾਈ ਆ, ਤੇ 2 ਕਿਲੋ ਦੁੱਧ ਆ, 2 ਕਿਲੋ ਦੁੱਧ ਆ ਜੀ, ਵੇਖ ਲੈ, ਸੋ ਜਿਹੜੇ ਵੀਰ ਦੇ ਪਸੰਦ ਆਈ, ਜਿਹੜੇ ਵੀਰ ਦੇ ਆਪਾਂ ਨੂੰ ਤਾਂ ਸੋਹਣੀ ਲੱਗੀ, ਗਾਂ ਵਾਂਦੇ ਬੰਦੀ ਆਪਾਂ ਤਾਂ ਲੈ ਲਈ, ਬਿਲਕੁਲ ਲਾਲ ਰੰਗ ਦੇ ਵਿੱਚ, ਹਾਂਜੀ ਰੈੱਡ ਕਲਰ, ਗਾਂ ਸਾਧੂ ਸਾਹਿਬ 35-40,000 ਦੀ ਵੈੜਾ, ਗਾਂ ਢੁੱਕੀ ਹੋਵੇ ਤੇ ਚਾਰੇ ਸਾਨੂੰ ਚੱਲਦੇ ਵਰਦੇ, ਮੈਂ ਕਹਿੰਦਾ ਜੀ ਪੂਰੇ ਵਰਦੇ ਆ, ਕੋਈ ਇਹ ਨਹੀਂ ਵੀ ਇਹ ਛੋਟਾ ਭਾ ਦੇ ਸਾਨੂੰ ਖਲੋਤੇ ਹੋਣਗੇ, ਤੇ ਚਾਰੇ ਸਾਨੂੰ ਇੱਕੋ ਜਿਹੇ ਵਰਦੇ ਆ, ਠੀਕ ਆ ਜੀ, ਹਾਂਜੀ ਆਪਾਂ ਵੀ ਇਸੇ ਕਰਕੇ ਲਈ ਵੀ ਥਣ ਥੁਣ ਵਰਦੇ ਕਰਕੇ ਆ, ਸਾਫ਼ ਸੁਥਰੀ ਆ, ਹਾਂਜੀ ਤੇ 1.5 ਮਹੀਨੇ ਦੀ ਚੈੱਕ ਚੈੱਕ ਪਾਸ ਆ ਜੀ, ਆਪਣੇ ਤੋਂ ਵੀਡੀਓ ਬਣੀ ਪਈ, ਆਖਾਂਗੇ ਆਪਾਂ ਵੀਡੀਓ ਵਿਖਾ ਦਾਂਗੇ, ਬਿਲਕੁਲ ਜੀ, ਹਾਂਜੀ ਚਲੋ ਕਿਸੇ ਵੀਰ ਦੀ ਸੰਤੁਸ਼ਟੀ ਆ, ਬਸ ਜੀ ਉਹ ਵੀਡੀਓ ਵੇਖ ਕੇ ਸੰਤੁਸ਼ਟ ਹੁੰਦਾ ਤੇ ਕੋਈ ਨਹੀਂ, ਨਾ ਬਾਕੀ ਆ ਪੂਰੀ ਫੁਰਤੀ ਵਾਲੀ ਜੋ, ਮਰੋ ਚਾਰ ਖਾਂਦੀ ਆ ਜੀ, ਪਰ ਪੱਠਿਆਂ ਨੂੰ ਮੋੜੀ ਮੱਤ ਦਿੰਦੀ ਆ, ਚਾਰੂ ਪੂਰੀ ਜੋ ਮਰਜ਼ੀ ਪਾਈ ਉਹ ਖਾਈ ਜਾਂਦੀ ਆ, ਹਾਂਜੀ ਜੋ ਕੋਈ ਵੀਰ ਫੀਡ ਫੂਡ ਪਾਲੂਗਾ ਨਾ ਤੇ ਦੁੱਧ 3 ਕਿਲੋ 4 ਕਰ ਜੂਗੀ, ਵੀਰ ਆਪਣੇ ਘਰ ਦਾ ਸਾਰੀ ਜਾਊ, ਨਾਲੇ ਗਾਂ ਗੱਬਣ ਜੋ ਮਰਜ਼ੀ ਸੁੱਟ ਦੋ ਚਾਰੂ ਉਹੀ ਖਾਣ ਲੱਗਦਾ, ਹਾਂਜੀ ਲਓ ਵੀ ਭਰਾਵੋ ਇਹ ਵੈੜ ਆ, ਤੇ ਤੋਕੜ ਤੇ ਗੱਬਣ ਕੋਈ 2 ਸਿਰ ਦੁੱਧ ਵੀ ਹੈਗਾ ਥੱਲੇ, ਬਾਕੀ ਕੋਈ 1.5 ਮਹੀਨੇ ਦੀ ਚੈੱਕ ਪਾਸ ਆ, ਤੁਹਾਨੂੰ ਸਾਹਿਬ ਜਰਸੀ ਵਾਲੇ ਕੋਲ ਫੰਡਰ ਨਹੀਂ ਦਾ ਪਾਲਿਆ ਜਾਂਦਾ, ਚਾਰੂ ਵੇਲੋ ਕੱਢੀ ਲਓ, ਇੱਧਰ ਹੇਲੋ ਗਾੜੀ ਵਿਖਾ ਦਿਓ, ਕੀ ਖਾਇਆ ਇੱਧਰ ਹੇਲੋ, ਵੱਡੀ ਆਉਂਦੀ ਤੁਰਿਆ, ਮੈਂ ਕਹਿੰਦਾ ਲਈ ਨਹੀਂ ਰਹੀ ਆਉਂਦੀ ਆ, ਤੇ ਆ ਵੇਲੋ ਗਾੜੀ ਲੈ ਵੀ ਆਪੀ ਭਾਈ, ਇਹ ਫਿਰ ਕਿੰਨੇ ਕੁ ਦੀ ਦੇ ਦੇਣੀ ਸੰਧੂ ਸਾਹਿਬ, ਮੁੱਲ ਕਰਨ ਨੂੰ 15 ਕਰਾ ਲਓ 16 ਕਰਾ ਲਓ, 13,000 ਦੀ ਦੇ ਦਾਂਗੇ, 13 ਦੀ, 12 ਦੀ ਦੇ ਦਾਂਗੇ, ਲੈ ਆਫਸਰ ਬੱਚੀ ਨਹੀਂ ਆਉਂਦੀ ਕੋਈ ਨਿੱਕੀ ਮੋਟੀ, ਨਹੀਂ ਆਉਂਦੀ ਕੋਈ, ਤੇ 11 ਦੀ ਦੇ ਦਈਏ, ਪੂਰੇ 10,000 ਚੋਂ 200 ਰੁਪਇਆ ਛੋੜ ਕਰੂੰਗਾ, ਲੈ ਕਰੋ ਗੱਲ, ਹਾਂ 10,000 ਚੋਂ 200 ਛੋੜ, ਕੋਈ ਵੀਰ ਨੇ ਨਾ ਕਿ 9 ਲੈ ਲਾ 8 ਲੈ ਲਾ, ਗੱਬਣ ਚੈੱਕ ਪਾਸ, ਚੈੱਕ ਪਾਸ ਆਪਣੇ ਚੈੱਕ ਕਰਾਈਏ, ਫਿਰ ਤੋਂ ਡਿਟੇਲ ਚੈੱਕ ਕਰਾ ਲਿਆ, ਇੱਦਾਂ ਕਰਨੀ ਮੇਰੀ ਗਰੰਟੀ ਤੇ ਲੈ ਜੇ, ਲਓ ਵੀ 10,000 ਫੰਡਰ ਵਸੀ ਨਹੀਂ ਕੋਈ ਦਿੰਦਾ, ਇਹਦੇ ਕੋਲ ਫਿਰ ਵੀ 2 ਕਿਲੋ ਦੁੱਧ ਆ, ਬਿਲਕੁਲ ਜਸੀ ਵਿਛਾ ਸ਼ੈੱਡ 'ਚ ਲੈਣ ਚੱਲੀ ਰਹਿੰਦਾ, 19,000 ਤੋਂ ਘੱਟ ਨਹੀਂ ਦੇਣੀ, ਨਹੀਂ ਦਿੰਦੀ, 10,000 ਦੀ ਆਪਾਂ ਗਾਂ ਹੀ ਦੇ ਦਿੰਦੇ, 10,000 ਦੀ ਦੋਸਤੋ, ਪੂਰੇ 10,000 ਚੋਂ 200 ਨੋਟ ਛੋੜ ਹੋਣੀ ਬਸ ਜੀ, ਠੀਕ ਹੈ ਭਰਾ, ਹਾਂਜੀ ਲਓ ਵੀ ਦੋਸਤੋ, ਸਭ ਤੋਂ ਵੱਡੀ ਗੱਲ ਵੀ ਚਲੋ ਗੱਬਣ ਆਸ ਬਣੀ ਆ, ਚੈੱਕ ਪਾਸ ਆ, ਇਹ ਤੁਹਾਡਾ ਨਿਰਣਾ ਫੈਸਲਾ ਤੁਹਾਡਾ, ਇਹ 3 ਵੜਾ ਤੁਹਾਨੂੰ ਪਹਿਲਾਂ ਦਿਖਾ ਦਿੱਤੀਆਂ ਸੀ ਆਪਾਂ, ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ, ਵੇਖ ਲਓ ਸਾਰੀਆਂ ਚੰਗੀਆਂ ਵਾ, ਤੇ ਬਾਕੀ ਅੱਗੇ ਕੋਈ ਵੀਰ ਆਪਦੀ ਸੋਚ ਸਮਝਣ ਇੱਥੇ ਆ ਕੇ ਤਸੱਲੀ ਕਰ ਸਕਦਾ, ਤਸੱਲੀ 2 ਟਾਈਮ ਭਾਵੇਂ 4 ਟਾਈਮ ਕਰੀਏ ਵੀ ਆਪਣੇ, ਵੀਡੀਓ ਕਾਲ ਤੇ ਕਰਾਉਣੀ ਹੈ, ਦੂਰ ਬੈਠਾ ਕੋਈ ਵੀਰ, ਬਸ ਜੀ ਵੀਡੀਓ ਕਾਲ ਤੇ ਕਰਵਾ ਲਿਓ, ਜਿੱਦਾਂ ਵੀ ਤੁਹਾਨੂੰ ਸੈੱਟ ਬੈਠੇ, ਨੰਬਰ ਆਪਣੇ ਬੋਲ ਦਈਏ, ਨੰਬਰ ਆਪਣਾ ਭਾਜੀ 8194963 7553 ਆ ਜੀ, ਅੱਛਾ ਜੀ, ਹਾਂਜੀ ਇੱਕੋ ਨੰਬਰ ਹੀ ਹੈ ਨਾ, ਹਾਂ ਇੱਕੋ ਇੱਕੋ ਹੀ, ਠੀਕ ਹੈ ਜੀ, ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।